ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਪ੍ਰਿਆ। ਤਾਂ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਵੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਆਪਣੇ ਫਾਦਰ ਸਾਹਿਬ ਦੇ ਨਾਲ ਜਾ ਰਿਹਾ ਹੁੰਦਾ ਹੈ ਅਤੇ ਪਿੱਛੋਂ ਤੇ ਕੁਝ ਨੌਜਵਾਨਾਂ ਵੱਲੋਂ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ। ਤਾਂ ਮੌਕੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿੱਥੇ ਮੌਕੇ ਉੱਤੇ ਹੀ ਜਿਹੜਾ ਮਾਹੌਲ ਹੈ ਕਾਫੀ ਜ਼ਿਆਦਾ ਤਣਾਅ ਪੂਰਨ ਵਾਲਾ ਬਣ ਜਾਂਦਾ ਹੈ। ਦਰਅਸਲ ਉਸ ਪੀੜਿਤ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਪਰਿਵਾਰ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਦੇ ਲਈ ਪਹੁੰਚਦਾ ਹੈ ਤਾਂ ਪਿੱਛੇ ਤੋਂ ਕੁਝ ਨੌਜਵਾਨ ਜਿਹੜੇ ਨੇ ਉਹ ਲੜਾਈ ਝਗੜਾ ਕਰ ਰਹੇ ਹੁੰਦੇ ਨੇ। ਤਾਂ ਸਿਰਫ ਉਸ ਨੌਜਵਾਨ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਲੜਾਈ ਨਾ ਕਰੋ, ਇੰਨਾ ਕਹਿ ਕੇ ਉਹ ਅੱਗੇ ਵੱਧ ਜਾਂਦਾ ਹੈ ਅਤੇ ਉਸ ਤੋਂ ਬਾਅਦ ਪਿੱਛੇ ਆ ਰਹੇ ਨੌਜਵਾਨਾਂ ਵੱਲੋਂ ਗਾਲਾਂ ਕੱਢੀਆਂ ਜਾਂਦੀਆਂ ਨੇ ਅਤੇ ਉਸ ਦੌਰਾਨ ਉਸ ਨੌਜਵਾਨ ਉੱਤੇ ਜਿਹੜਾ ਹਮਲਾ ਵੀ ਕਰ ਦਿੱਤਾ ਜਾਂਦਾ ਹੈ। ਲੜਾਈ ਇੰਨੀ ਜ਼ਿਆਦਾ ਬੁਰੀ ਹੁੰਦੀ ਹੈ, ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਬੁਰੀ ਤਰੀਕੇ ਦੇ ਨਾਲ ਉਸ ਨੌਜਵਾਨ ਨੂੰ ਜਿਹੜਾ ਕੁੱਟਿਆ ਗਿਆ। ਹਾਲਾਂਕਿ ਉਹ ਜ਼ਖਮੀ ਹੈ ਅਤੇ ਉਸ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਨੌਜਵਾਨ ਆਪਣੇ ਵੱਲੋਂ ਕਿਹਾ ਜਾ ਰਿਹਾ ਉਸ ਵੱਲੋਂ ਕਿ ਉਹ ਨਵਾਂਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਪਰਿਵਾਰ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਆਉਂਦਾ ਹੈ। ਪਰ ਇਹ ਨਹੀਂ ਸੀ ਪਤਾ ਕਿ ਜਿੱਥੇ ਰੂਹ ਨੂੰ ਸ਼ਾਂਤੀ ਮਿਲਦੀ ਹੈ, ਜਿੱਥੇ ਰੂਹ ਨੂੰ ਸਕੂਨ ਲੈਣ ਦੇ ਲਈ ਜਿਹੜੇ ਲੋਕ ਨੇ ਇੱਥੇ ਨਤਮਸਤਕ ਹੁੰਦੇ ਨੇ, ਪਰ ਉੱਥੇ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਿਹੜਾ ਹੈਗਾ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ, ਜਿੱਥੇ ਉਹਨਾਂ ਦੇ ਮਨ ਦੇ ਵਿੱਚ ਇੰਨਾ ਜ਼ਿਆਦਾ ਗੁੱਸਾ ਭਰਿਆ ਹੁੰਦਾ ਹੈ ਕਿ ਲੜਾਈ ਝਗੜੇ ਤੋਂ ਬਾਅਦ ਕਿਸੇ ਹੋਰ ਸ਼ਖਸ ਨੂੰ ਵੀ ਉਹ ਨੁਕਸਾਨ ਪਹੁੰਚਾ ਸਕਦੇ ਨੇ। ਤਾਂ ਹੁਣ ਇਸ ਪੀੜਿਤ ਸ਼ਖਸ ਵੱਲੋਂ, ਇਸ ਪੀੜਿਤ ਨੌਜਵਾਨ ਸਣੇ ਉਸਦੇ ਪਰਿਵਾਰ ਵੱਲੋਂ ਜਿਹੜੀ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਦਰਅਸਲ ਇਹ ਜਾਣਕਾਰੀ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਨੌਜਵਾਨ ਜਿਹੜੇ ਸੀ ਫੋਟੋਗ੍ਰਾਫਰ ਸੀਗੇ, ਕਿਉਂਕਿ ਇਹ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਅਕਸਰ ਹੀ ਅਜਿਹੇ ਜਿਹੜੇ ਮਾਮਲੇ ਨੇ ਉਹ ਅਕਾਲ ਤਖ਼ਤ ਸਾਹਿਬ ਵੀ ਪਹੁੰਚਦੇ ਨੇ। ਕਿਹਾ ਜਾਂਦਾ ਹੈ ਕਿ ਫੋਟੋਗ੍ਰਾਫਰਾਂ ਵੱਲੋਂ ਬੜਾ ਹੀ ਤੰਗ ਪਰੇਸ਼ਾਨ ਕੀਤਾ ਜਾਂਦਾ ਸ਼ਰਧਾਲੂਆਂ ਨੂੰ। ਤਾਂ ਕਿਤੇ ਨਾ ਕਿਤੇ ਇਹ ਦੱਸੇ ਜਾ ਰਹੇ ਨੇ ਕਿ ਫੋਟੋਗ੍ਰਾਫਰ ਸੀਗੇ ਜਿਨ੍ਹਾਂ ਵੱਲੋਂ ਇਸ ਸ਼ਰਧਾਲੂ ਦੇ ਨਾਲ ਲੜਾਈ ਕੀਤੀ ਜਾਂਦੀ ਹੈ ਅਤੇ ਉਸਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਜਾਂਦਾ ਹੈ। ਤਾਂ ਪੂਰੇ ਮਾਮਲੇ ਨੂੰ ਲੈ ਕੇ ਜਾਣਕਾਰੀ ਹੋਰ ਕੀ ਸਾਂਝੀ ਕੀਤੀ ਗਈ ਹੈ, ਪੁਲਿਸ ਵੱਲੋਂ ਕੀ ਕੁਛ ਬਿਆਨ ਦਿੱਤੇ ਗਏ ਨੇ ਸੁਣਦੇ। ਮੇਰਾ ਨਾਮ ਗੁਰਿੰਦਰ ਰਾਲੇ ਆ। ਗੁਰਿੰਦਰ ਜੀ ਕਿੱਥੇ ਰਹਿਣ ਵਾਲੇ ਜੀ, ਕਿਹੜੀ ਜਗ੍ਹਾ? ਨਵਾਂਸ਼ਹਿਰ। ਨਵਾਂਸ਼ਹਿਰ ਹਾਂਜੀ, ਆਪਣਾ ਨਾਮ ਦੱਸੋ, ਕਿੱਥੇ ਰਹਿਣ ਨੂੰ? ਨਵਾਂਸ਼ਹਿਰ ਚਿੰਗੜਾ ਮੇਰਾ ਪਿੰਡ ਆ, ਨਵਾਂਸ਼ਹਿਰ ਦੂਜਾ ਆ, ਜ਼ਿਲ੍ਹਾ ਤਹਿਸੀਲ ਮੰਗਾ। ਕੀ ਹੋਇਆ ਇੱਥੇ, ਤੁਸੀਂ ਇੱਥੇ ਪਹੁੰਚੇ ਜੀ, ਕਿਹੜੀ ਜਗ੍ਹਾ ਤੇ ਆਏ ਹੋ? ਅੰਮ੍ਰਿਤਸਰ ਮੱਥਾ ਟੇਕਣ ਆਏ ਸੀਗੇ ਦਰਬਾਰ ਸਾਹਿਬ। ਹਾਂਜੀ, ਮੱਥਾ ਟੇਕ ਕੇ ਮੈਂ ਤੇ ਮੇਰੇ ਫੈਮਿਲੀ ਅਸੀਂ ਨਿਕਲੇ, ਚਲੋ ਸਾਡੇ ਬੀਬੀਆਂ ਪਿੱਛੇ ਰਹਿ ਗਈਆਂ ਜੀ। ਮੈਂ ਆਪਣੇ ਡੈਡੀ ਨੂੰ ਕਿਹਾ ਵੀ ਚੱਲ ਆਪਾਂ ਗਾਂ ਚੱਲਦੇ ਹਾਂ, ਵੀ ਉਹਨਾਂ ਨੂੰ ਹੌਲੀ ਹੌਲੀ ਆ ਲੈਂਦੇ। ਰਾਹ 'ਚ ਦੋ ਮੁੰਡੇ ਦੋ ਤਿੰਨ ਲੜਨ ਲੱਗੇ ਹੋ ਸੀਗੇ, ਚੱਲ ਅਸੀਂ ਜਾਂਦੇ ਸੀਗੇ, ਉਹ ਸਾਡੇ ਮੂਹਰੇ ਇੱਦਾਂ ਆ ਗਏ ਲੜਦੇ ਲੜਦੇ। ਮੈਂ ਕਿਹਾ ਭਰਾ ਵੀ ਨਾ ਲੜੋ, ਵੀ ਚੰਗਾ ਨਹੀਂ ਲੱਗਦਾ। ਆਪਸ 'ਚ ਹੀ ਲੜਦੇ ਸੀਗੇ, ਮੇਨਾ ਕੋਈ ਉਹਨਾਂ ਦਾ ਰੌਲਾ ਨਹੀਂ ਸੀਗਾ ਜੀ। ਉਹ ਲੜਦੇ ਪਏ ਸੀ, ਉਹਨਾਂ ਨੂੰ ਇੰਨੀ ਗੱਲੇ ਕਹੀ ਕਿ ਭਰਾ ਨਾ ਲੜੋ, ਵੀ ਹੈ ਨਾ ਵੀ ਸਿਆਣੇ ਵਿਆਣੇ ਲੰਘਦੇ ਆ, ਨਾ ਲੜੋ, ਮੇਰਾ ਭਰਾ ਆਪਣਾ ਚੁੱਪ ਕਰਕੇ ਜਾਓ। ਉਹਨਾਂ 'ਚੋਂ ਇੱਕ ਜਾਣੇ ਨੇ ਗਾਲ ਕੱਢੀ ਮੈਨੂੰ, ਉਹਨੇ ਗਾਲ ਕੱਢੀ, ਉਹਨੇ ਮੇਰੇ ਮਾਰਿਆ, ਫਿਰ ਮੈਂ ਵੀ ਬਰਾਬਰ ਮਾਰਿਆ ਉਹਦੇ। ਮੈਨੂੰ ਨਹੀਂ ਪਤਾ ਕੌਣ ਕੈਮਰੇ 'ਚ ਆਏ ਉਹ ਹੋਣਗੇ, ਰੱਬ ਜਾਣੇ ਜੀ। ਠੀਕ ਆ, ਕੈਮਰੇ 'ਚ ਕਹਿੰਦੇ ਆਏ ਆ ਮੁੰਡੇ। ਕਿੰਨੀ ਮਾਰਕੁੱਟ ਕੀਤੀ, ਕਿੱਥੇ ਕਿੱਥੇ ਸੱਟਾਂ ਲੱਗੀਆਂ? ਆਹ ਉਂਗਲ ਮੇਰੀ ਟੁੱਟ ਗਈ, ਉਹ ਇੱਥੇ ਕੜਾ ਕੁੜਾ ਵੱਜਿਆ, ਪਤਾ ਨਹੀਂ ਕੀ ਮਾਰਿਆ ਉਹਨੇ ਜੀ। ਤਾਂ ਸਹਿਰ ਸਹਿਰ ਕਿਸ ਤਰ੍ਹਾਂ ਦੇਖਦੇ ਆ ਗੁਰੂ ਘਰ ਦੇ ਵਿੱਚ ਇੱਥੇ ਅਸੀਂ? ਉਹ ਮੈਂ ਕਿਹਾ ਜੀ ਗੁਰੂ ਘਰ ਦਾ ਚੀਜ਼ ਇੱਦਾਂ ਦੀ ਆ, ਬੰਦਾ ਮੱਥਾ ਟੇਕ ਕੇ ਨਿਕਲਦਾ, ਹਫ਼ਤਾ ਹਫ਼ਤਾ ਮਹੀਨਾ ਮਹੀਨਾ ਸ਼ਾਂਤ ਰਹਿੰਦਾ ਮਨ। ਇਹ ਬੰਦੇ ਇੱਥੇ ਅੰਮ੍ਰਿਤਸਰ ਦੇ ਹੋ ਗਏ ਇਹ ਕੰਮ ਕਰਦੇ ਆ, ਕਸਮ ਨਾਲ
ਚਲ ਹੁਣ ਮੇਰਾ ਕਹਿਣ ਨੂੰ ਦਿਲ ਬਹੁਤ ਵਾਰ ਕਰਦਾ ਮੰਗ ਮੈਂ ਇਨਸਾਫ ਚਾਹੀਦਾ ਮੰਗ ਮੈਂ ਇਹੀ ਕਰਦਾ ਆ ਹਾਂਜੀ ਕਿੰਨੇ ਜਣੇ ਸੀ ਜਿਨ੍ਹਾਂ ਨੇ ਹਮਲਾ ਕੀਤਾ ਦੋ ਜਣੇ ਸੀਗੇ ਬਾਅਦ ਚੋਂ ਸੱਤ ਸੱਤ ਅੱਠ ਜਣੇ ਸੀਗੇ ਭਾਜੀ ਆ ਸੱਤ ਅੱਠ ਜਣੇ ਬਾਅਦ ਚੋਂ ਬੈਠੇ ਹੋਏ ਸਾਰੇ ਬਾਅਦ ਹੀ ਪਤਾ ਨਹੀਂ ਕਿੱਥੋਂ ਪਹਿਲਾਂ ਦੋ ਜਣੇ ਲੜਦੇ ਸੀਗੇ ਬਾਅਦ ਹੀ ਪਤਾ ਨਹੀਂ ਰੌਲਾ ਆ ਪਾ ਕੇ ਹਲਾ ਲਾ ਜੀ ਹੋ ਗਈ ਉੱਥੇ ਆ ਕੇ ਇਕੱਠੇ ਹੋ ਗਏ ਸੱਤ ਕਿੰਨੀ ਸ਼ਰਮ ਨਾਲ ਇਕੱਠਾ ਸਮਝਦੇ ਹੋ ਕਿੱਦਾਂ ਕਿੱਦਾਂ ਬਹੁਤ ਸ਼ਰਮਨਾਕ ਭਾਜੀ ਅੰਮ੍ਰਿਤਸਰ ਲਈ ਗਿਆ ਕਿਤੇ ਨਵੇਂ ਸ਼ਹਿਰ ਸਾਡੇ ਏਰੀਏ 'ਚ ਆਇਆ ਉਹ ਤੁਹਾਨੂੰ ਕਹੋਗੇ ਮਹਿਮਾਨ ਆਏ ਆ ਇੱਜ਼ਤ ਨਾਲ ਉਠਾਉਂਗੇ ਕਿਤੇ ਕਿਰਾਇਆ ਬਿਨਾਂ ਨਾ ਤੁਹਾਡੇ ਬੰਦੇ ਤੋਂ ਗਰੀਬ ਤੋਂ ਹੋਊਗਾ ਕਿਤੇ ਨਵੇਂ ਸ਼ਹਿਰੀਏ ਨੂੰ ਦੁਆਬੇ ਵਾਲੇ ਨੂੰ ਚੱਲ ਕਹਿ ਕੇ ਦੇਖ ਲਿਓ ਬਾਬਾ ਮੇਰੇ ਕੋਲ ਪੈਸਾ ਆਇਆ ਨਹੀਂ ਗਾ ਜੇਬ 'ਚ ਮੈਂ ਆਪਣੇ ਘਰ ਜਾਣਾ ਆ ਉਗਲਾ ਤੁਹਾਨੂੰ ਪੈਸੇ ਦੇ ਕੇ ਤੁਹਾਨੂੰ ਤੋਰੂਗੇ ਉਹ ਜੇਬ 'ਚ ਪਾ ਕੇ ਬਾਬਾ ਕਿਹੜੀ ਗੱਲ ਆ ਤੇ ਤੋਂ ਪੈਸੇ ਨਹੀਂ ਮੈਨੂੰ ਦੱਸ ਨਵਨੀਤ ਕੌਰ ਕਿਹੜੇ ਇਲਾਕੇ ਦੇ ਮੁਝੇ ਅਸੀਂ ਦੁਆਬਾ ਨਵਾਂ ਸ਼ਹਿਰ ਕੀ ਹੋਇਆ ਕੀ ਤੁਹਾਡੇ ਨਾਲ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਪੂਰੀ ਫੈਮਿਲੀ ਤੇ ਅਸੀਂ ਆਉਂਦੇ ਪਏ ਸੀਗੇ ਮੱਥਾ ਟੇਕ ਕੇ ਤੇ ਮੇਰੇ ਭਰਾ ਦੇ ਡੈਡੀ ਮੋਹਰੇ ਸੀਗੇ ਉੱਥੇ ਦੋ ਬੰਦੇ ਲੜਦੇ ਸੀਗੇ ਤੇ ਮਤਲਬ ਇਹਦੇ ਅੱਗੇ ਆਏ ਤੇ ਇਹਨੇ ਕਿਹਾ ਬਈ ਤੁਸੀਂ ਲੜੋ ਨਾ ਵੀਰ ਜੀ ਤੇ ਉਹਨਾਂ ਨੇ ਇਹਨੂੰ ਗਾਲ ਕੱਢੀ ਫਿਰ ਉਸ ਤੋਂ ਬਾਅਦ ਕੁੱਟ ਮਾਰ ਕਰਤੀ ਉਂਗਲੀ ਵੀ ਤੋੜਤੀ ਸਿਰ 'ਚ ਵੀ ਗਲੀ ਹੋਈ ਹੋਰ ਪਤਾ ਨਹੀਂ ਕਿੱਥੋਂ ਬਹੁਤ ਜ਼ਿਆਦਾ ਰੂਡਲੀ ਗੱਲ ਕੀਤੀ ਉਹਨਾਂ ਨੂੰ ਗੱਲ ਕਰਨ ਦੀ ਬਿਲਕੁਲ ਸੈਂਸ ਨਹੀਂ ਹੈਗੀ ਉਂਗਲ ਕਰਕੇ ਇੱਦਾਂ ਗੱਲ ਕਰਦੇ ਸੀਗੇ ਉਹ ਕਹਿੰਦੇ ਅਸੀਂ ਲੇਡੀਜ਼ ਨਾਲ ਤਾਂ ਬਿਲਕੁਲ ਤਮੀਜ਼ ਹੈ ਨਹੀਂ ਉਹਨਾਂ ਨੂੰ ਗੱਲ ਕਰਨ ਦੀ ਪਿੱਛੇ ਸਾਰੇ ਕੈਮਰੇ ਮਤਲਬ ਉੱਥੇ ਦੁਕਾਨਾਂ ਤੇ ਲੱਗੇ ਉਹਨਾਂ ਨੇ ਕਿ ਕੋਈ ਕੈਮਰਾ ਉੱਥੇ ਕੋਈ ਕੈਮਰਾ ਉਹਨਾਂ ਨੇ ਇਹ ਵੀ ਮਨਾ ਕਰ ਦਿੱਤਾ ਕਿ ਉੱਥੇ ਕੈਮਰਾ ਹੈ ਨਹੀਂ ਜਿੱਥੇ ਪਾਈ ਕੋਈ ਇੱਕ ਭਰਾ ਆਇਆ ਤੁਹਾਡੇ ਨਾਲ ਆਇਆ ਤੁਹਾਡੀ ਸਪੋਰਟ ਤੇ ਆਏ ਸਾਰੇ ਹਾਂਜੀ ਉਹ ਸਾਰੀ ਸਾਡੀ ਸਪੋਰਟ 'ਚ ਆ ਉਹਨਾਂ ਨੇ ਇਹ ਵੀ ਕਿਹਾ ਕਿ ਉੱਥੇ ਵੀਡੀਓ ਉੱਥੇ ਕੈਮਰਾ ਹੈਗਾ ਸਾਰਾ ਕੁਝ ਰਿਕਾਰਡ ਹੋਇਆ ਵਾ ਸਾਨੂੰ ਸਾਨੂੰ ਮਿਲੇ ਤੁਸੀਂ ਉੱਥੇ ਨਹੀਂ ਅਸੀਂ ਉਹਨਾਂ ਨੂੰ ਕਾਲ ਕੀਤੀ ਉਹ ਆ ਰਹੇ ਆ ਨੇੜਾ ਜੀ ਕੋਈ ਸ਼ਰਧਾਲੂ ਬਾਹਰੋਂ ਆਏ ਤੇ ਕੋਈ ਉਹਨਾਂ ਨਾਲ ਅਨਨੋਨ ਜੀ ਉੱਥੇ ਜਿਹੜੇ ਕੈਮਰਿਆਂ ਵਾਲੇ ਨੇ ਉਹਨਾਂ ਨੇ ਕੋਈ ਝਗੜਾ ਉਹਨਾਂ ਨਾਲ ਵਗੈਰਾ ਕੀਤਾ ਉਹ ਤੇ ਫਸਟ ਵੀ ਉਹਨਾਂ ਫਿਲਹਾਲ ਉਹਨਾਂ ਨੂੰ ਹਸਪੀਟਲ ਭੇਜਿਆ ਹੋਇਆ ਬਾਈ ਤੇ ਉਹ ਮੈਡੀਕਲ ਕਰਾ ਕੇ ਆਣਗੇ ਫਿਰ ਜੋ ਆਪਣਾ ਸਟੇਟਮੈਂਟ ਰਹੇਗਾ ਉਹ ਲਗਾਤਾਰ ਕੈਮਰੇ ਦੀ ਸ਼ਿਕਾਇਤਾਂ ਕੈਮਰਾ ਮੈਨ ਵੀ ਆ ਰਹੀਆਂ ਨੇ ਉਹ ਲਗਾਤਾਰ ਆਉਂਦੀਆਂ ਵੀ ਨਹੀਂ ਮੇਰੇ ਟਨੇ ਉਹ ਜਾਂ ਫਸਟ ਹੀ ਆ ਜੀ ਹਾਲੇ ਤੱਕ ਇਸ ਤੋਂ ਪਹਿਲਾਂ ਤਾਂ ਕੋਈ ਆਈ ਨਹੀਂ ਜੀ ਹਾਲੇ ਤੱਕ ਕਾਰਨ ਪਤਾ ਲੱਗਾ ਕਿਉਂ ਨਹੀਂ ਹਾਂ ਕਾਰਨ ਕਲੀਅਰ ਕੋਈ ਨਹੀਂ ਉਹ ਇੰਨਾ ਹੀ ਦੱਸ ਰਹੇ ਵੀ ਉੱਥੇ ਕੋਈ ਆਪਸ ਵਿੱਚ ਕਰਦੇ ਸੀ ਆਪਸ ਵਿੱਚ ਕੋਈ ਗੱਲਬਾਤ ਤੇ ਉਹਨਾਂ ਦੇ ਵਿੱਚ ਕੋਈ ਇੰਟਰਵੀਨ ਕਰਨ ਦੀ ਕੋਸ਼ਿਸ਼ ਕੀਤੀ ਤੇ ਝਗੜਾ ਇਹਨਾਂ ਨਾਲ ਹੋ ਗਿਆ ਉਹ ਕਿਹੜੀ ਫੈਮਿਲੀ ਕਿੱਥੋਂ ਦੀ ਸੀ ਫੈਮਿਲੀ ਨਵਾਂ ਸ਼ਹਿਰ ਦੀ ਹੈ ਜੀ ਤੇ ਆਪਣਾ ਹੁਣ ਕੋਈ ਰਾਸਤੇ ਵਿੱਚ ਲਿੱਤਾ ਕਿਸੇ ਨੇ ਨਹੀਂ ਫਿਲਹਾਲ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਮੈਨੂੰ ਹਾਲੇ ਆਪਣਾ ਦੱਸ ਕੇ ਉਹਨਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਦਾ ਸਾਡਾ ਵੈਸੇ ਹੀ ਬੰਦਾ ਉਹਨਾਂ ਦੀ ਮੁੱਢਲੀ ਜਿਹੜੀ ਹੈਗੀ ਹੈ ਵੀ ਮੈਡੀਕਲ ਕਰਵਾਇਆ ਜਾਵੇ ਉਹਨਾਂ ਦਾ ਉਹਨਾਂ ਨੂੰ ਫਸਟ ਏਡ ਦਵਾਈ ਜਾਵੇ ਸੀਸੀਟੀਵੀ ਹੁਣੇ ਕੋਈ ਨਹੀਂ ਕਲੈਕਟ ਕਰਵਾ ਰਿਹਾ ਜੀ